ਔਰ ਉਤੋਂ ਉਤੋਂ ਤਨ ਦਿਖਾ ਦਿੰਨੇ ਆ ਕਿ ਵਿੱਚੋਂ ਇਸ ਇਸ ਤਰ੍ਹਾਂ ਦੇ ਨਿਕਲਣਾ ਉਤੋਂ ਫੋਟੋ ਬਖਾਉਂ। ਔਰ ਅਨਬਾਕਸਿੰਗ ਕਰਕੇ ਮੈਂ ਤੁਹਾਨੂੰ ਦਿਖਾ ਦਿਆ ਇਹ ਦੇ। ਔਰ ਇੱਕ ਹੈਗੀ ਆ ਇਹ ਅਲੀ ਫਿਰੋਕ। ਔਰ ਇਹ ਫਿਰੋਕ ਹੈ। ਜਿਸ ਤਰ੍ਹਾਂ ਅਸੀਂ ਫਟਾਫਟ ਆਏ ਸੀ ਨਾ ਉਸੇ ਤਰ੍ਹਾਂ ਫਟਾਫਟ ਅਸੀਂ ਵਾਪਸ ਵੀ ਜਾ ਰਹੇ ਆਂ। ਉਹਦੀ ਵਜ੍ਹਾ ਹੈ ਹੋਈ ਹੈ ਕਿ بسم اللہ الرحمن الرحیم السلام علیکم جی کی حال ہے ਸਰਵਡੀਆਂ ਦੇ صبح ہو چکے ہیں جی اج کام نہ کافی سارے ਜਿਹੜੇ ਫਸੇ ਹੋਏ ਨੇ ਅੜੇ ਹੋਏ ਨੇ کافی ਦਿਨਾਂ ਦੇ ਸੁਸਤੀ ਦੀ ਵਜ੍ਹਾ ਤੋਂ ਅੜੇ ਹੋਏ ਨੇ ਉਹ ਅੱਜ ਹੱਲ ਕਰਨੇ ਨੇ ਸਭ ਤੋਂ ਪਹਿਲਾ ਕੰਮ ਅੱਜ ਇਹ ਕਰਨਾ ਹੈ ਕਿ ਜਿਹੜੇ ਤੋਤੇ ਹੈਗੇ ਨਾ ਇਹਨਾਂ ਦੇ ਅੱਜ ਨਾ ਬਾਕਸ ਲੈ ਕੇ ਆਣੇ ਨੇ ਜਿਨ੍ਹਾਂ ਦੇ ਵਿੱਚ ਬੱਚੇ ਵਗੈਰਾ ਦਿੰਦੇ ਨੇ ਦੂਸਰੇ ਨੰਬਰ ਤੇ ਜਿਹੜੀ ਉਹਦੀਆਂ ਮੁਰਗੀਆਂ ਨੇ ਉਹਨਾਂ ਵਾਸਤੇ ਨਾ ਸ਼ੌਪਰ ਲੈ ਕੇ ਆਣਾ ਉਹਨਾਂ ਦੀ ਨਾ ਬਣਾਣੀ ਹੈ ਸਮਝੋ ਕਿ ਜਿਸ ਤਰ੍ਹਾਂ ਪਰਦਾ ਬੰਦਾ ਹੈ ਨਾ ਉਸ ਤਰੀਕੇ ਉਹਨਾਂ ਦਾ ਛਾਪਰਦਾ ਬਣਾ ਕੇ ਅੰਦਰ ਵਾਲੀ ਸਾਈਡ ਤੇ ਲੈਣਾ ਔਰ ਤੀਸਰੇ ਨੰਬਰ ਤੇ ਸਾਗ ਪਕਾਉਣਾ ਸੀ ਸਾਡ ਸਾਡੀ ਬੈਕ ਸਾਈਡ ਤੇ ਖੜਾ ਹੈ بیگم ਸਾਹਿਬਾ ਕਪੜੇ ਵਗੈਰਾ ਧੋ ਰਹੀ ਹੈ ਜਾਂ ਕਪੜੇ ਧੋ ਲੰਦੀ ਤੇ ਫੇਗ ਸਾਗ ਤੋੜਾਂਗੇ ਅੱਜ ਨਾ ਸਾਗ ਵੀ ਪਕਾਣਾ ਹੈ ਸਾਗ ਹੁਣੇ ਤੋੜ ਨਹੀਂ ਸਕਦੇ ਕਿਉਂਕਿ بیگم ਸਾਹਿਬਾ ਕਪੜੇ ਵਗੈਰਾ ਧੋ ਰਹੀ ਹੈ ਕਪੜੇ ਵੀ ਧੋ ਲਵੇਗੀ 11:30 ਤੱਕ 11:30 ਤੱਕ ਮੈਂ ਚੱਲਣਾ ਸ਼ਾਇਦ ਚੱਲ ਕੇ ਇਹਨਾਂ ਦੇ ਘਰ ਵਗੈਰਾ ਲੈ ਕੇ ਆਉਣਾ ਔਰ ਦੂਸਰਾ মুরগیاں ਦੇ ਛਾਪਰ ਵਗੈਰਾ ਵੀ ਲੈ ਕੇ ਆਨੇ ਆ ਤੀਸਰਾ ਇੱਕ ਹੋਰ ਚੌਥਾ ਬਲਕਿ ਚੌਥਾ ਕੰਮ ਨਾ ਇੱਕ ਹੋਰ ਵੀ ਭੁੱਲ ਗਿਆ ਸੀ ਉਹ ਹੈਗਾ ਸੀ ਕਿ ਵਾਸ਼ਿੰਗ ਮਸ਼ੀਨ ਖਰਾਬ ਹੋਈ ਪਈ ਅੱਜ ਤਕਰੀਬਨ 5-6 ਦਿਨ ਹੋ ਗਏ ਨੇ ਵਾਸ਼ਿੰਗ ਮਸ਼ੀਨ ਦਾ ਮਿਸਤਰੀ ਵੀ ਲੈ ਕੇ ਆਣਾ ਉਹ ਵੀ ਜਿਹੜਾ ਰਿਪੇਅਰ ਕਰवानी ਆ ਕਿਉਂਕਿ ਬੇਗਮ ਸਾਹਿਬਾਂ ਹੱਥ ਨਾਲ ਕੱਪੜੇ ધો ਰਹੀਏ ਇਹ ਖਰਾਬ ਹੋਈ ਪਈ ਐਥੇ ਰੱਖੀ ਹੋਈ ਆ ਤਕਰੀਬਨ ਦੋ ਵਾਰੀ ਮੈਂ ਇਸ ਮਸ਼ੀਨ ਨੂੰ ਪਹਿਲੇ ਮੈਂ ਖੁਦ ਰਿਪੇਅਰ ਕਰ ਚੁੱਕਿਆ ਹਾਂ ਤੁਸੀਂ ਵਲਾਗ ਦੇ ਵਿੱਚ ਦੇਖਿਆ ਹੀ ਹੋਣਾ ਮੇਰੇ ਕੋਲ ਨਾ ਸਹੀ ਨਹੀਂ ਹੋ ਰਹੀ ਦੋ ਤਿੰਨ ਦਿਨ ਚੱਲਦੀ ਆ ਫਿਰ ਖਰਾਬ ਹੋ ਜਾਂਦੀ ਆ ਮਿਸਤਰੀ ਨੂੰ ਇੱਥੇ ਗੱਡੀ ਲੈ ਕੇ ਮੈਂ ਇੱਥੇ ਰਿਪੇਅਰ ਕਰਾ ਲੈਣੇ ਆ ਗਾਰੇ ਇਸ ਕਰਕੇ ਰਿਪੇਅਰ ਕਰਾਣ ਲੱਗੇ ਆ ਅਗਰ ਇਥੋਂ ਮੈਂ ਬਾਸੀ ਕੰਪਨੀ ਸ਼ਹਿਰ ਲੈ ਕੇ ਜਾਵਾਂ ਨਾ ਤੇ ਤਕਰੀਬਨ ਇੱਕ ਸਾਈਡ ਦਾ ਜਿਹੜਾ ਰਕਸ਼ੇ ਦਾ ਕਿਰਾਇਆ ਹੈ ਨਾ ਉਹ ਤਕਰੀਬਨ 600 5 600 ਰੁਪਏ ਲੈਂਦੇ ਨੇ ਆਉਣ ਜਾਣ ਦਾ 12 1300 ਖਾਲੀ ਰਕਸ਼ੇ ਦਾ ਕਿਰਾਇਆ ਪਹਿ ਜਾਣਾ ਤੇ ਮੇਰੇ ਖਿਆਲ ਦੇ ਵਿੱਚ ਲਿਜਾਵਣ ਨਾਲੋਂ ਬਿਹਤਰ ਹੈ ਕਿ ਇੱਥੇ ਬਾਣੀਏ ਤਾਂ 12-13 ਵਿੱਚ ਛੋੜ ਕੇ 5-600 ਵਿੱਚ ਰਿਪੇਅਰ ਹੋ ਜਾਣੀ ਐ ਇਸੇ ਕਰਕੇ ਇੱਥੇ ਗਾਰੀ ਮਿਸਤਰੀ ਨੂੰ ਬੁਲਾ ਕੇ ਲੈ ਆਮਨੇ ਇੱਥੇ ਹੀ ਰਿਪੇਅਰ ਕਰਾ ਲ ਔਰ ਮੈਂ ਇੱਥੇ ਇਸ ਕਰਕੇ ਬੈਠਾ ਹੋਇਆ ਮੈਂ ਨਾ ਦੇਖ ਰਿਹਾ ਸੀ ਇਹ ਵਾਲੇ ਪੌਦੇ ਮਾਸ਼ਾਅੱਲਾ ਇਹਨੂੰ ਤਾਂ ਫੁੱਲ ਲੱਗਣੇ ਸ਼ੁਰੂ ਹੋ ਗਏ ਨੇ ਕਿਉਂਕਿ ਇਹਨੂੰ ਹੀ ਬਿਮਾਰੀ ਪੈ ਗਈ ਸੀ ਇਹ ਦੇਖੋ ਨਾ ਇਹ ਥੋੜੇ ਪੌਦੇ ਹਾਲੇ ਵੀ ਪੱਤੇ ਨਾ ਖਰਾਬ ਨੇ ਤੇ ਇਹਨੂੰ ਲੱਗਣੇ ਸ਼ੁਰੂ ਹੋ ਗਏ ਨੇ ਫੁੱਲ ਲੇਕਿਨ ਇਹ ਵਾਲਾ ਜਿਹੜਾ ਪੌਦਾ ਹੈਗਾ ਨਾ ਇਹ ਬਿਲਕੁਲ ਹਾਲੇ ਤੱਕ ਠੀਕ ਇਹ ਵਿੱਚੋਂ ਸੜ ਗਏ ਸੀ ਸਾਰੇ ਆ ਦੇਖ ਦੋ ਤੇ ਹੁਣ ਫਿਰ ਨਵੇਂ ਥੱਲੋਂ ਫੁੱਟਣੇ ਸ਼ੁਰੂ ਹੋ ਗਏ ਨੇ ਇੱਕ ਨਾ ਔਰ ਚੀਜ਼ ਵੀ ਯਾਦ ਆ ਗਈ ਏ ਉਹ ਹੈ ਜੀ ਹੀਟਰ ਸਭ ਤੋਂ ਅਹਿਮ ਜਿਹੜੀ ਚੀਜ਼ ਹੈਗੀ ਨੇ ਹੀਟਰ ਜਿਹੜੇ ਨੇ ਕਮਰੇ ਨੂੰ ਖੁਸ਼ ਕਰਨਾ ਹੈ ਉਹ ਵੀ ਕਾਫੀ ਜਿੰਨਾ ਦਾ ਮੈਂ ਕਹਿ ਰਿਹਾ ਮੇਰਾ ਟਾਈਮ ਨਹੀਂ ਲੱਗ ਰਿਹਾ ਸੀ ਅੱਜ ਉਹ ਵੀ ਲੈ ਕੇ ਆਵਾਂਗੇ ਜਿੰਨਾ ਸਾਮਾਨ ਹੈ ਨਾ ਇਨਸ਼ਾਅੱਲਾ ਸਾਰਾ बल्कि अब्दुल रहमान उन्होंने छुट्टी है रात को ऐलान होया किसी मसन्ना टैलीविज़न पर जुमे दफ्ते इतवार दिन छुट्टिया हो गई जी पंजाब दे अंदर। के अंदर तो इस करके बच्चों भी आज छुट्टी है और अब्दुल रहमान नाल लैके चलने सारा समान इन याद न लैके आवे अगर ना याद आया तो व्लाग देख लेंगे जब बना रहे हैं। समान वगैरह लैके आ चुके हैं जी घर लैके की आंद ਇਕ ਤਾਂ ਹੀਟਰ ਆ ਗਿਆ ਔਰ ਇਹ مشورہ ਆਇਆ ਸੀ کافی سارے ਕਮੈਂਟਰਸ ਨੇ Nawaz bhai ਹੀਟਰ ਚਲਾਓ ਤੁਹਾਡਾ ਕਮਰਾ ਖੁਸ਼ਕ ਹੋ ਜਾਵੇਗਾ ਹੀਟਰ ਆ ਗਿਆ ਲੇਕਿਨ ਹੁਣ ਇੱਕ ਮਸਲਾ ਹੈ ਕਿ Rabi Ahmad Dora ne ਇੱਕ ਇਸੇ ਤਰ੍ਹਾਂ ਕੇ مشورہ ਆਇਆ ਸੀ ਕਿ ਉਹਨਾਂ ਦੇ ਫਰਸ਼ ਥੱਲੋਂ ਰੰਗ ਹੋਇਆ ਸੀ ਨਾ ਫਰਸ਼ ਥੱਲੇ ਵਾਲਾ ਤੇ ਉਹਨਾਂ ਦਾ ਕਲਰ ਨਹੀਂ ਉਤਰ ਰਿਹਾ ਸੀ ਔਰ ਉਹਨਾਂ ਨੂੰ ਆਇਆ ਸੀ ਕਮੈਂਟ Raat nu Ahmad bhai dass rahe si ki ਤੁਸੀਂ ਇਹਦੇ ਕਮਰੇ ਵਿੱਚ ਪਾਣੀ ਭਰੋ ਤੇ ਰੰਗ ਜਿਹੜਾ ਉੱਤਰ ਜਾ ਵੀ ਲੈ ਉਹਨਾਂ ਨੇ ਪਾਣੀ ਭਰਿਆ ਹੈ ਕਲਰ ਜਿਹੜਾ ਨਾ ਫੇਰ ਵੀ ਨਹੀਂ ਉਤਰਿਆ ਉਹ ਗੱਲ ਸਾਡੇ ਨੂੰ ਹੋਵੇ ਲੇਕਿਨ ਫੇਰ ਵੀ ਸਰਦੀਆਂ ਵਾਸਤੇ ਅੱਛਾ ਹੀਟਰ ਚ ਗਾਦੀ استعمال ਦੀ ਚੀਜ਼ ਹੈ ਛਾਪਰ ਉਹ ਵੀ ਲੈ ਕੇ ਆਂਦਾ ਇਹਨੂੰ ਆਪਾਂ ਕੱਟ ਕੇ ਨਾ ਬਲਕਿਵੇਂ ਸਾਬਤ ਹੀ ਲਾ ਲਵਾਂਗੇ ਮੇਰੇ ਦਿਲ ਸੀ ਪਰਦੇ ਤਰ੍ਹਾਂ ਬਣਾ ਕੇ ਨਾ ਤੇਨੂੰ ਲਾਇਆ ਜਾਵੇ ਬਿਹਤਰ ਹੋਵੇ ਗੱਲ ਲੇਕਿਨ ਚਲੋ ਐਵੇਂ ਹੀ ਲਾ ਦਿਆਂਗੇ ਕੋਈ ਨਹੀਂ ਮਸਲਾ ਬਰਤਨ ਵਗੈਰਾ ਨਾ ਇੰਨਾ ਪਰਿੰਦਿਆਂ ਵਾਸਤੇ ਲੈ ਕੇ ਆਂਦੇ ਨੇ ਕਿਉਂਕਿ ਉਹ ਤੇ ਅੰਡੇ ਵਗੈਰਾ ਦਿਨ-ਦਿਨ ਲੇਕਿਨ ਬੱਚੇ ਕੋਈ ਨਹੀਂ ਦਿੰਦੇ ਤੇ ਇਹਨਾਂ ਦੇ ਵਿੱਚ ਨਾ ਲੱਗੇ ਹੋਏ ਨੇ ਦੇਖੋ ਸਾਰਿਆਂ ਦੇ ਔਰ ਵਿੱਚ ਬੈਠੇ ਹੋਏ ਵੀ ਨੇ ਉਹ ਦੇਖੋ ਔਰੇ ਵਾਲੇ ਆ ਗਏ ਜੀ ਮੋਟੂ ਪਤਲੂ ਦਾ ਘਰ ਤੇ ਬੜਾ ਵੱਡਾ ਬਣਾਵਾਂਗੇ ਸੀ ਔਰੇ ਇਹਨਾਂ ਦੇ ਘਰ ਨੇ ਇਹ ਜਿਹੜੇ ਛੋਟੇ ਛੋਟੇ ਪ੍ਰਿੰਡੇ ਆ ਗਏ ਮੈਂ ਕਿਹਾ ਇਹ ਵੀ ਜਿਹੜਾ ਹੈਗਾ ਨਾ ਬੱਚੇ ਵਗੈਰਾ ਦੇਵਣਗੇ ਅੰਡੇ ਦੇਵਣਗੇ ਔਰ ਵੈਸੇ ਵੀ ਸਰਦੀ ਦੀ ਬਚਾਓ ਤੂੰ ਨਾ ਇਹਨਾਂ ਵਾਸਤੇ ਅੱਛਾ ਹੈ ਸਰਦੀ ਦੇ ਵਿੱਚ ਰਾਤ ਨੂੰ ਅੰਦਰ ਇਹਦਾ ਸਕੂਨ ਕੀਤਾ ਬੈਠਣਗੇ ਨਾ ਤੇ ਇਹਨਾਂ ਨੂੰ ਸਰਦੀ ਕੰਮ ਲੱਗੇਗੀ ਔਰ ਇਹ ਰਿਹਾ ਜੀ ਸੇਬ ਮੋਟੂ ਪਤਲੂ ਦਾ ਤੁਹਾਡਾ ਸੇਬ ਆਇਆ ਹੈ ਹਲੋ ਹੈਲੋ ਮੈਨੂੰ ਚੱਕ ਮਾਰ ਲਾ ਤੂੰ ਪਹਿਲੇ ਮੈਨੂੰ ਚੱਕ ਮਾਰ ਲਾ ਤੇ ਚੱਕ ਮਾਰ ਲਾ ਤੈਨੂੰ ਮੈਂ ਥੱਲੇ ਉਤਰਨ ਨੂੰ ਆ ਕਹਿ ਰਿਹਾ ਤੂੰ ਚੱਕ ਮਾਰੀ ਜਾਨੀ ਹੈ ਬਾਕੀ ਰਹਿ ਗਿਆ ਜੀ ਹੀਟਰ ਉਹ ਤੁਹਾਨੂੰ ਅਨਬਾਕਸਿੰਗ ਕਰਕੇ ਦਿਖਾਵਾਂਗੇ ਇੱਕ ਵਾਰੀ ਅਸੀਂ ਹਾਲੇ ਹੋਰ ਵੀ ਸ਼ਾਪਿੰਗ ਕਰਨੀ ਕਿਉਂਕਿ ਸਰਦੀਆਂ ਨੇ ਸਰਦੀਆਂ ਦੇ ਵਿੱਚ ਬੱਚਿਆਂ ਦੀ ਸ਼ਾਪਿੰਗ ਅਸੀਂ ਕਰਨੀ ਕਰਨੀ ਹੈ ਆਪਣੀ ਚਾਹ ਨਾ ਵੀ ਕਰੀਏ ਔਰ ਹੋ ਸਕਦਾ ਕਿ ਅਸੀਂ 1-2 ਤੋਂ ਸੂਟ ਆਪਣੇ ਵਾਸਤੇ ਲੈ ਲਈਏ ਕਿਉਂਕਿ ਕਰਾਚੀ ਵੀ ਜਾਣਾ ਹੈ ਔਰ ਕਰਾਚੀ ਸ਼ਾਦੀ ਵੀ ਉੱਥੇ ਕਿਉਂਕਿ ਸ਼ਾਪਿੰਗ ਤਾਂ ਤਕਰੀਬਨ ਮੇਰੇ ਖਿਆਲ ਅਚ ਕਰਨੀ ਹੀ ਪੈਣੀ ਆ ਹਾਂਜੀ ਬਿਲਕੁਲ ਸ਼ਾਦੀ ਤੇ ਨਵੇਂ ਕੱਪੜੇ ਨਾ ਹੋਣ ਤਾਂ ਫਿਰ ਠੀਕ ਹੀ ਨਹੀਂ ਆਪਾਂ ਜੇ ਅਗਰ ਟਾਈਮ ਨਾ ਕੱਪੜੇ ਹੁਣ ਲੈ ਲਵੀਏ ਬੱਚਿਆਂ ਦੇ ਤੇ ਅੱਜ ਹੀ ਲੈ ਆਵਾਂਗੇ ਨਾ ਹਾਂਜੀ ਸਹੀ ਹੈ ਨਾ ਤੇ ਤਾਂ ਤਾਂ ਕਹਿ ਰਹੀ ਹੀਟਰ ਤੇ ਕੱਪੜੇ ਜਿਹੜੇ ਸਾਰੇ ਇਕੱਠੇ ਅਨਬਾਕਸਿੰਗ ਕਰਾਂਗੇ ਬਾਕੀ ਇਹ ਤੇ ਅਨਬਾਕਸਿੰਗ ਹੀ ਨੇ ਤੇ ਕੱਪੜੇ ਲੈ ਕੇ ਆ ਬੱਸੀ ਵਾਲਾ ਜਿਹੜੀ ਛੁਪਣੇ ਅੰਦਰ ਨਾ ਕੱਪੜੇ ਕਾਫੀ ਟਾਈਮ ਲਾ ਜਾਂਦੇ ਨੇ ਚਲੋ ਦੇਖਨੇ ਆ ਨਾ ਅਗਰ ਕਿਉਂਕਿ ਬੀਗਮ ਸਾਹਿਬ ਦੇ ਲੈ ਕੇ ਇੱਕ ਅਦਾ ਸੂਟ ਹੀ ਲੈਣਾ ਹੈ ਨਾ ਤੇ ਅੱਛਾ ਜਿਹਾ ਆਗਰੇ ਤੂੰ ਸ਼ਹਿਰ ਚ ਮਿਲ ਗਿਆ ਠੀਕ ਹੈ ਕੋਈ 3 4 5000 ਰੁਪਏ ਵਾਲਾ ਸੂਟ ਤੇ ਬੇਗਮ ਸਭਨ ਇੱਕ ਹੀ ਲੈ ਦੇਵਾਂਗੇ ਜ਼ਿਆਦਾ ਨਹੀਂ ਇੱਕ ਤਾਂ ਪਹਿਲੇ ਤੇਰੇ ਸਿਲੇਵਾ ਪਿਆ ਨਹੀਂ ਹੈ ਹਾਂਜੀ ਪਿਆ ਹੈ ਇੱਕ ਹੋਵੇਗਾ ਤੇ ਇਹ ਕੋਰ ਲੈ ਨਹੀਂ ਬਸ ਦੋ ਬੜੇ ਨਹੀਂ ਕਿਉਂਕਿ ਆ ਤੇਰੇ ਸਰਦੀਆਂ ਦੇ ਵੈਸੇ ਤਿੰਨ ਚਾਰ ਸੂਟ ਨਵੇਂ ਹੀ ਹਨ ਸਮਝ ਲੋ ਕਿ ਜਿਹੜੇ ਆ ਕੱਲ ਵੀ ਇਹਨੇ ਖ ਪਾਇਆ ਸੀ ਸੂਟ ਤੁਸੀਂ ਦੇਖਿਆ ਹੁਣ ਉਸ ਤੋਂ ਅਗਲੇ ਦਿਨ ਪਾਇਆ ਹੋਇਆ ਸੀ ਤੇ ਉਹ ਵਾਲੇ ਕੱਡੇ ਨੇ ਹੈਗੇ ਤਾਂ ਪੁਰਾਣੇ ਲੇਕਿਨ ਇਹਨਾਂ ਸਰਦੀਆਂ ਵਿੱਚ ਨਵੇਂ ਨੇ ਨਾ ਤੇ ਉਹ ਵਾਲੇ ਸੂਟ ਪੈਣ ਇੱਕ ਦੋ ਇਹਨੂੰ ਹੋਰ ਲੈ ਦੇਵਾਂਗੇ ਔਰ ਮੇਰੇ ਤਕਰੀਬਨ ਪਹਿਲੇ ਵੀ ਸੂਟ ਨੇ ਕਿ ਅਗਰ ਲਈਆਂ ਨਾ ਸ਼ਰਟਾਂ ਵਗੈਰਾ ਮੇਰੇ ਕੋ ਪਈਆਂ ਨੇ ਅਗਰ ਲਿਆ ਤੇ ਇੱਕ ਅੱਧਾ ਕੋਈ ਟਰੋਜ਼ਰ ਵਗੈਰਾ ਜਾਂ ਇੱਕ ਅੱਧਾ ਸੂਟ ਲੈ ਲਵਾਂਗੇ ਸ਼ਾਪਿੰਗ ਸਾਡੀ ਵੈਸੇ ਵੀ ਆਲ ਇਨ ਵਨ ਹੋ ਜਾਣੀ ਆ ਸਰਦੀਆਂ ਦੀ ਵੀ ਇਕੱਠੀ ਸ਼ਾਦੀ ਤੇ ਕੰਮ ਦੇ ਜਾਵੇਗੀ ਔਰ ਉਸ ਇਲਾਵਾ ਉੱਥੇ ਕਿਰਾਚੀ ਵਿੱਚ ਅਗਰ ਘੁੰਮਾ ਫਿਰਾਂਗੇ ਤਾਂ ਉਧਰ ਵੀ ਕੰਮ ਆਸਨ ਆਲ ਇਨ ਵਨ ਟ੍ਰਿਪਲ ਸ਼ਾਪਿੰਗ ਸਾਡੀ ਜਿਹੜੀਆਂ ਨਾ ਹੋ ਜਾਣੀਆਂ ਬੇਗਮ ਸਾਹਿਬਾ ਗਈ ਇਹ ਸਮਾਨ ਚੱਕ ਕੇ ਅੰਦਰ ਰੱਖਣ ਕਿਉਂਕਿ ਬੱਚੇ ਨਾ ਖਲਾਰ ਖੁਰੂ ਦੇਵਣ ਅਸੀਂ ਹੁਣ ਚੱਲੇ ਆ ਜੀ ਇਹਨੂੰ ਕੀ ਕਹਿੰਦੇ ਨੇ ਸਾਗ ਤੋੜਨ ਵਾਸਤੇ ਕਿਉਂਕਿ ਦਿਲ ਆ ਜਨਾ ਸਾਗ ਪਕਾਨੇ ਆ ਮੁਰਗੀ ਨੂੰ ਬਾਹਰ ਕੱਢਿਆ ਇਹਦੀ ਤਬੀਅਤ ਖਰਾਬ ਹੈ ਲੇਕਿਨ ਇਹ ਦੇਖੋ ਸਾਰੇ ਪੌਦੇ ਇੱਕ ਤਾਂ ਖਰਾਬ ਕੀਤੀ ਜਾ ਰਹੀ ਹੈ ਇਹ ਦੇਖੋ ਕੰਮ ਦੇਖੋ ਇਹਦੇ ਇਹ ਦੇ ਹੋਰ ਇਹਨੂੰ ਪੂਰੇ ਘਰ ਦੇ ਵਿੱਚ ਨਾ ਜਗਨ ਚੱਲਣ ਫਿਰਨ ਵਾਸਤੇ ਨਹੀਂ ਮਿਲੀ ਸਿਰਫ ਪੌਦਿਆਂ ਦੇ ਉੱਤੇ ਜਿਹੜੀ ਸਾਡੇ ਕੰਮ ਦੀ ਸ਼ੈ ਹੁੰਦੇ ਉੱਤੇ ਚੱਲਦੀ ਫਿਰਦੀ ਜਿੰਨੀ ਮੈਂ ਕੋਸ਼ਿਸ਼ ਕਰਨਾ ਹੈ ਨਾ ਕਿ ਮੇਰੇ ਪੌਦੇ ਵੱਜ ਜਾਣ ਉਹਨਾਂ ਜ਼ਿਆਦਾ ਫਰਿੰਦੇ ਜਿਹੜਾ ਨਾ ਖਾ ਪੀ ਕੇ ਖਰਾਬ ਕਰ ਦਿੰਦੇ ਨੇ ਹੁਣ ਤੇ ਗਾਰਡਨ ਸਮਝ ਲੋ ਕਿ ਦੇਲੀ ਨਹੀਂ ਕਰਦਾ ਗਾਰਡਨ ਦੀ ਰਖਵਾਲੀ ਕਰਨ ਨੂੰ ਕਿਉਂਕਿ ਜਿੰਨਾ ਮੈਂ ਖਿਆਲ ਕਰਨਾ ਉਹਨਾਂ ਦੇ 2 ਮਿੰਟ ਦੇ ਵਿੱਚ ਜਿਹੜਾ ਹੈਗਾ ਨਾ ਪੰਤ ਰੋੜ ਕੇ ਪਾਸੇ ਰੱਖ ਦਿੰਦੇ ਨੇ ਚੱਲ ਆ ਚਲੀਏ ਲੇਟ ਹੁੰਦੀ ਪਈਆ ਪਹਿਲੇ 12 1 ਵਜੇ ਪਿਆ ਸਾਗ ਪਕਣਾ ਕੋ ਦੋਸਤ ਦਿਨ ਤਰਾ ਰਾਤ ਦੇ 12 ਵਜੇ ਸਾਗ ਪੱਕੇ ਕਰੀਏ ਨਾ ਮੈਂ ਕਹੀਦਾ ਆਟਾ ਲਾਇਆ ਹੋਈ ਠੀਕ ਨਹੀਂ ਚਲੋ ਜਾਣਾ ਤਾਂ ਸ਼ਹਿਰ ਜੇ ਮਿਲ ਗਿਆ ਤੇ ਲੈਵਾਂਗੇ ਜਿਆਦਾ ਨਹੀਂ 1 ਕਿਲੋ ਦੋ ਲਾਲ ਚਮਚ ਚਲੋ ਵੇਖਾਂਗੇ ਫਿਰ ਉਤੇ ਮੱਕੀ ਦਾ ਜਿਹੜਾ ਆਟਾ ਹੈਗਾ ਨਾ ਸ਼ਹਿਰ ਜਾਣਾ ਜਦੋਂ ਸ਼ੋਪਿੰਗ ਕਰਕੇ ਲੈਣੀ ਆ ਨਾ ਚੱਕੀ ਤੋਂ ਪਤਾ ਕਰਾਂਗੇ ਅਗਰ ਤੇ ਮਿਲ ਗਿਆ ਤੇ ਵਧੀਆ ਕੰਮ ਹੈ ਕਿਉਂਕਿ ਮੱਕੀ ਦਾ ਆਟਾ ਸਰ੍ਹੋਂ ਦਾ ਸਾਗ ਤੇ ਕਿਆਈ ਬਾਤ ਹੈ ਮਸਲ ਰਣ ਲਈ ਨਾਲ ਮੱਖਣ ਵੀ ਹੋਵੇ ਹਾਂ ਮੱਖਣ ਕਿੱਥੋਂ ਲੈ ਆਵੀਏ ਮੱਖਣ ਤੇ ਚੱਕੀ ਤੋਂ ਮਿਲਣਾ ਕੋਈ ਨਹੀਂ ਸਾਡੇ ਨਾਲ ਅਗਲੇ ਦਿਨ ਹੀ ਇਹਨਾਂ ਨੇ ਗੱਡਿਆ ਸੀ ਇਹ ਮੇਨਾ ਕਿੰਨਾ ਵੱਡਾ ਵੱਡਾ ਹੋ ਗਿਆ ਕਿਉਂਕਿ ਨਾ ਬਾਹਰਲੀ ਜਿਹੜੀ ਹੁੰਦੀ ਨਾ ਜ਼ਮੀਨ ਉਹਦਾ ਹੋਰ ਸਾਬਕ ਤਾਬ ਹੁੰਦਾ ਤੇ ਜਿਹੜੀ ਘਰ ਦੀ ਚੀਜ਼ ਹੁੰਦੀ ਨਾ ਘਰ ਚ ਕਰਨੀ ਉਹ ਨਹੀਂ ਫੁੱਟਦੀ ਪਤਾ ਨਹੀਂ ਕੀ ਮਸਲਾ ਹੈ ਐ ਖੜਾ ਹੈ ਜੀ ਸਾਗ ਜਿਹੜਾ ਸੀ ਤੋੜਨਾ ਔਰ ਇਹ ਹਮ ਸਾਇਆ ਨ ਗੱਡਿਆ ਹੋਇਆ ਜੀ ਲਸਣ ਔਰ ਉਹਨਾਂ ਨੇ ਆਪਣੇ ਤੋਂ ਬਾਅਦ ਚ ਮੂਲੀਆਂ ਗੱਡੀਆਂ ਸੀ ਨਾ ਸਾਡੇ ਤੋਂ ਬਾਅਦ ਚ ਮੂਲੀਆਂ ਗੱਡੀਆਂ ਸੀ ਇਹ ਦੇਖੋ ਮੂਲੀਆਂ ਕਿਡੀਆਂ ਕਿਡੀਆਂ ਵੱਡੀਆਂ ਹੋਈਆਂ ਖੜੀਆਂ ਨੇ ਉਸ ਤੋਂ ਹਟ ਕੇ ਉਹ ਪਾਲਕ ਗੱਡੀ ਸੀ ਤੇ ਉਹ ਦੇਖੋ ਪਾਲਕ ਕਿੱਡੀ ਵੱਡੀ ਵੱਡੀ ਹੋਈ ਖੜੀ ਹੈ ਇਹ ਵੀ ਪਾਲਕ ਕੋਈ ਖੜੀ ਹੈ ਲੇਕਿਨ ਸਾਡੇ ਤੇ ਮੁਰਗੇ ਸ਼ੁਰਗੇ ਹੀ ਖਾ ਗਏ ਹਰਸ਼ੀਆਂ ਸਾਗ ਦੇ ਦੇਖੋ ਮਾਸ਼ਾਅੱਲਾ ਫੁੱਲ ਤੱਕ ਨਿਕਲੇ ਖੜੇ ਨੇ ਬੇਗਮ ਸਾਹਿਬਾ ਚੱਲ ਕੇ ਪੁੱਛ ਜਾਂਦੀ ਹੈ ਫਿਰ ਤੋੜਾਂਗੇ ਇਸ ਜਗ੍ਹਾ ਤੋਂ ਇਹ ਹਲਾ ਸਾਹਮਣੇ ਵੱਡਾ ਵੱਡਾ ਖੜਾ ਹੈ ਉਹਨਾਂ ਨੇ ਪੱਠਿਆਂ ਨੂੰ ਨਾ ਹੱਥ ਵੀ ਲਾ ਲਿਆ ਮੈਂ ਤੁਹਾਨੂੰ ਬਲਕੇ ਦਿਖਾਣਾ ਇਹ ਦੇਖੋ ਨਾ ਇਸ ਜਗ੍ਹਾ ਤੋਂ ਔਰ ਪਾਲਕ ਵੀ ਗੱਡੀ ਹੋਈ ਆ ਤਨੀਆਂ ਵੀ ਗੱਡਿਆ ਹੋਇਆ ਖੇਤ ਆਪਣੇ ਹੋਣ ਨਾ ਤੇ ਫਿਰ ਬੰਦਾ ਜਿਹੜੀ ਸਮਰਜੀ ਗਾਲੇ ਕਰਦੇ ਖਾਣ ਵਾਸਤੇ ਗੱਡੀ ਹੋਈ ਲਸਣ ਮੂਲੀਆਂ ਪਾਲਕ ਔਰ ਨਾਲ ਐ ਤਨੀਆ ਪਾਲਕ ਦੇਖੋ ਵੱਡੀ ਵੱਡੀ ਹੋਈ ਖੜੀ ਐ ਔਰ ਮੂਲੀਆਂ ਵੀ ਖਾਨ ਦੇ ਹਿਸਾਬ ਨਾਲ ਮੇਰੇ ਖਿਆਲ ਵੱਡੀਆਂ ਵੱਡੀਆਂ ਹੋਈਆਂ ਖੜੀਆਂ ਮਾਸ਼ਾਅੱਲਾ ਮੂਲੀਆਂ ਲੱਗੀਆਂ ਹੋਈਆਂ ਵੇਣ ਥੱਲੇ ਵਾਲੀ ਸਾਈਡ ਤੇ ਵੱਡੀਆਂ ਵੱਡੀਆਂ ਹੋਈਆਂ ਖੜੀਆਂ ਔਰ ਸਾਗ ਦੇ ਮਾਸ਼ਾਅੱਲਾ ਫੁੱਲ ਵੀ ਲੱਗੇ ਪੈ ਨੇ ਦੇਵਤਾਂ ਨੂੰ ਦਿਖਾਏ ਨੇ ਫੁੱਲ ਤੱਕ ਨਿਕਲ ਆਏ ਨੇ ਜਿਸ ਤਰ੍ਹਾਂ ਅਸੀਂ ਫਟਾਫਟ ਆਏ ਸੀ ਨ ਉਸੇ ਤਰ੍ਹਾਂ ਫਟਾਫਟ ਅਸੀਂ ਵਾਪਸ ਵੀ ਜਾ ਰਹੇ ਹਾਂ ਉਹਦੀ ਵਜ੍ਹਾ ਹੈ ਹੋਈ ਐ ਕਿ ਸਾਗ ਨੂੰ ਜਿਹੜਾ ਹੈਗਾ ਨਾ ਸਪਰੇ ਹੋਇਆ ਪਿਆ ਸਪਰੇ ਬਲਕੇ ਅਗਲੇ ਦੇ ਮੈਂ ਖੁਦ ਵੇਖਿਆ ਸੀ ਤਕਰੀਬਨ ਮੇਰੇ ਖਿਆਲ ਤਿੰਨ ਚਾਰ ਇੱਕ ਦਿਨ ਹੋ ਗਏ ਨੇ ਹਾਂ ਉਹਨਾਂ ਖ ਦੋ ਤਿੰਨ ਚਾਰ ਦੇ ਅਜੇ ਇੱਕ ਜਾ ਉਸ ਤੋਂ ਬਾਅਦ ਦੇ ਚਲੋ ਤੋਂ ਉਹਨਾਂ ਨੇ ਤੇ ਤੋੜ ਲਾ ਸਾਗ ਮੈਂ ਤਾਂ ਕਿ ਕੁਝ ਨਹੀਂ ਹੁੰਦਾ ਕਿਉਂਕਿ ਤਿੰਨ ਚਾਰ ਚਾਰ ਪੰਜ ਦਿਨ ਤਕਰੀਬਨ ਹੋ ਗਏ ਉਹਨਾਂ ਨੇ ਸਪਰੇ ਹੋਇਆ ਨੂੰ ਲੇਕਿਨ ਸਪਰੇ ਉਹਨਾਂ ਨੇ ਜ਼ਰੂਰ ਕੀਤਾ ਸੀ ਤੇ ਮੈਂ ਖੁਦ ਵੇਖਿਆ ਇਹਨੂੰ ਜਿਹੜਾ ਹੈਗਾ ਨਾ ਕਰ ਰਹੀ ਸਪਰੇ ਵਗੈਰਾ ਚਲੋ ਉਹਨਾਂ ਕਹੇ ਦੋ ਚਾਰ ਦਿਨ ਠਹਿਰ ਕੇ ਨਾ ਤੁਸੀਂ ਫਿਰ ਪਾਲਕ ਹੀ ਸਾਡੇ ਲਈ ਖੜੀ ਪਾਲਕ ਇੱਥੋਂ ਪਾਟ ਲਵਿਆ ਤੇ ਸਾਗ ਹੀ ਵੱਢ ਲਵਿਆ ਤੇ ਉਹਨਾਂ ਨੇ ਘਰ ਬੜੀਆਂ ਸਬਜ਼ੀਆਂ ਹੋਈਆਂ ਪਾਈਆਂ। ਅੱਛਾ ਘਰ ਦੇ ਵਿੱਚ ਗੱਡੀਆਂ ਨੇ ਹਾਂ। ਸਾਰ ਮੂਲੀਆਂ ਆਪਾਂ ਖਿਆਲ ਹੀ ਕੋਈ ਨਹੀਂ ਰੱਖਿਆ ਮੁਰਗੇ ਸਾਰੇ ਖਾ ਗਏ ਨੇ। ਹਾਂਜੀ ਇਹਨਾਂ ਮਾਸ਼ਾਅੱਲ ਬੜੀ ਸਬਜ਼ੀ ਪਿਆਰੀ ਹੋਈ ਖਾਈ ਉਹਨਾਂ ਦੇ ਘਰ। 2-4 ਦਿਨ ਨਾ ਰੁਕ ਜਾਂਦੇ ਆ 19 ਦਿਨ ਤੱਕ ਸਪਰੇਅ ਦਾ ਅਸਰ ਵੀ ਖਤਮ ਹੋ ਜਾਵੇਗਾ ਔਰ ਸਾਗ ਜਿਹੜਾ ਨਾ ਮਜ਼ੀਦ ਵੱਡਾ ਹੋ ਜਾਵੇਗਾ। ਵੱਡਾ ਹੋ ਜਾ ਕੇ ਨਾ ਪਹਿਲੇ ਚਿਰ ਗੰਦਲਾ ਹੋ ਜਾਵੇ। ਹਾਂਜੀ। ਹੋ ਰਿਹਾ ਸਾਹਮਣੇ ਸਾਡਾ ਘਰ ਜਿੱਤੇ ਕੱਪੜੇ ਲਮਕੇ ਖੜੇ ਨੇ। ਮੇਰੇ ਖਿਆਲ ਸਾਡੇ ਹੀ ਕੱਪੜੇ ਹੈਨ ਬਾਕੀ ਕਿਸੇ ਦੇ ਕੱਪੜੇ ਨਹੀਂ ਬੈਕ ਸਾਈਡ ਤੇ। ਪੁੱਛ ਕੇ ਪੱਟਣ ਦਾ ਨਾ ਐ ਵੀ ਫਾਇਦਾ ਹੋ ਜਾਂਦਾ ਹੈ ਬਗੈਰ ਦੱਸੇ ਪੁੱਛੇ ਸੀ ਪਟਲ ਵੀ ਆ ਸਾਨੂੰ ਮਸਲਾ ਕੋਈ ਨਹੀਂ ਸੀ ਲੇਕਿਨ ਉਹ ਜਿਹੜਾ ਸਪਰੇਅ ਵਾਲਾ ਮਸਲਾ ਸੀ ਸਾਨੂੰ ਪਤਾ ਤਾਂ ਲੱਗ ਗਿਆ ਨਾ ਕਮ ਅੱਧ ਕਮ ਅਗਰ ਅਸੀਂ ਪਟਲਾਂ ਤੇ ਹੋ ਸਕਦਾ ਸੀ ਕਿ ਸਾਡੀ ਤਬੀਅਤ ਖਰਾਬ ਹੋ ਜਾਏ ਮਰਦੇ ਤਾਂ ਨਹੀਂ ਸੀ ਲੇਕਿਨ ਇਹ ਹੈ ਕਿ ਸਿਹਤ ਵਾਸਤੇ ਮੇਰੇ ਖਿਆਲ ਇਹ ਅੱਛਾ ਨਹੀਂ ਸੀ ਐਸ ਵਜ੍ਹਾ ਤੋਂ ਆਪਣੀਆਂ ਨਹੀਂ ਫੁੱਟਦੀਆਂ ਪੀਆਂ ਸਬਜ਼ੀਆਂ ਸਾਡੀਆਂ ਸਬਜ਼ੀਆਂ ਸਾਰੀਆਂ ਨਾ ਮੁਰਗੀਆਂ ਖਰਾਬ ਐਸ ਵਾਰੀ ਕਰ ਦਿੱਤੀਆਂ ਨੇ ਚਲੋ ਕੋਈ ਨਹੀਂ ਖੈਰ ਹੈ ਜਿੰਨੀਆਂ ਫੋਟੀਆਂ ਉਹ ਹੀ ਚੰਗੀਆਂ ਨੇ ਆਪਣੇ ਨਵੇਂ ਘਰ ਦੀ ਖੁਸ਼ੀ ਜਿਹੜੀ ਐ ਨਾ ਮੈਂ ਅੱਛੀ ਤਰੀਕੇ ਸਮਝ ਸਕਣਾ ਇਸ ਕਰਕੇ ਨਵੇਂ ਘਰ ਨਾਲ ਪ੍ਰਿੰਦਿਆਂ ਦਿੱਤੇ ਨਾ ਤੇ ਆਪੋ ਆਪ ਦੇ ਘਰ ਦੀ ਤਲਾਸ਼ ਦੇ ਵਿੱਚ ਉਹ ਦੇਖੋ ਮੈਂ ਤੁਹਾਨੂੰ ਦਿਖਾਣਾ ਮਾਸ਼ਾਅੱਲਾ ਨਾ ਆਹ ਦੇ ਘਰ ਸੈਟਿੰਗ ਨਨ ਕਰਨਾ ਸ਼ੁਰੂ ਕਰਦੇ ਹਾਂ ਕਿ ਸਾਰੇ ਉਹ ਦੇਖੋ ਇੱਧਰ ਹੀ ਬੈਠੇ ਨੇ ਉਹ ਪੀਲੇ ਜਿਹੜੇ ਜਣ ਹੋਈ ਬੈਠੇ ਹੋਏ ਨੇ ਆਪਣੇ ਘਰ ਦੇ ਉੱਤੇ ਮਾਸ਼ਾਅੱਲਾ ਇਹ ਜੋੜਾ ਬੈਠਾ ਹੈ ਜੋੜਾ ਉਸ ਤੇ ਬੈ ਕੇ قبضہ ਕਰ ਲਿਆ ਹੈ। ਔਰ ਜੋੜਾ ਜੋੜਾ ਜਿਹੜਾ ਹੈਗਾ ਨਾ ਇੱਧਰ ਆ ਕੇ ਬੈ ਗਿਆ ਦੇਖ। ਆਪਣੇ ਆਪਣੇ ਘਰਾਂ ਤੇ ਉਹਨਾਂ ਨੇ ਨਾ ਕਬਜ਼ੇ ਕਰ ਲਏ। ਪੰਜ ਘਰ ਲਾਏ ਨੇ। ਲੇਕਿਨ ਇਹਦੇ ਵਿੱਚ ਨਾ ਇੱਕ ਵਿਚਾਰਾ ਸਿੰਗਲ ਹੈ। ਉਹਨਾਂ ਉਹ ਕਬੂਤਰਾਂ ਤਰ੍ਹਾਂ ਇੱਕ ਛੜਾ ਫਿਰਦਾ ਹੈ। ਪਤਨ ਛੜਾ ਹੈ ਕਿ ਛੜੀ ਹੈ ਲੇਕਿਨ ਇੱਕ ਸਿੰਗਲ ਹੈਗਾ ਤੇ ਬਾਕੀ ਸਾਰੇ ਜੋੜੇ ਜਿਹੜੇ ਹੈਗੇ ਨੇ ਲੱਗੇ ਹੋਏ ਨੇ। ਕਰਾਚੀ ਅਸੀਂ ਚਲੇ ਆ ਜਾਣਾ ਤੇ ਕਿਰਾਚੀ ਜਾਣ ਤੋਂ ਪਹਿਲੇ ਪਹਿਲੇ ਨਾ ਸਾਰੇ ਕੰਮ ਨਿਬੇੜਨੇ ਨੇ ਹੁਣ ਐ ਸਾਈਡ ਤੇ ਕੰਮ ਰਹਿ ਗਿਆ ਜੀ ਇਹ ਮੁਰਗੀਆਂ ਵੀ ਬਿਮਾਰ ਹੋ ਰਹੀਆਂ ਨੇ ਅ ਸਰਦੀ ਦੀ ਵਜ੍ਹਾ ਤੋਂ ਤੇ ਇਹਨਾਂ ਵਾਸਤੇ ਵੀ ਛਾਪਰ ਵਗੈਰਾ ਲੈ ਕੇ ਆਂਦਾ ਸੀ ਤਰਪਾਲਾਂ ਤਾਂ ਪਹਿਲੇ ਦਿਨ ਲਾਈਆਂ ਹੋਈਆਂ ਲੇਕਿਨ ਛਾਪਰ ਕੋਈ ਨਹੀਂ ਲੱਗਿਆ ਅਸੀਂ ਛਾਪਰ ਲੈ ਕੇ ਆਂਦਾ ਛਾਪਰ ਲਾਣੇ ਆਂ ਔਰ ਦੂਸਰੇ ਜਿਹੜੇ ਹੁਣ ਪੰਰੀਂਦਿਆਂ ਨੂੰ ਨਵੇਂ ਘਰ ਬਣਾ ਕੇ ਦਿੱਤੇ ਨੇ ਤੇ ਉਹਨਾਂ ਨੂੰ ਅੰਡੇ ਲਾਉਣਗੇ ਨਾ ਛੋਟੇ ਛੋਟੇ ਉਹਨਾਂ ਨੂੰ ਕੱਖ ਮਸਲ ਨਾਲ ਘੋਸਲਾ ਬਣਾਉਣ ਵਾਸਤੇ ਛੋਟੇ-ਛੋਟੇ ਕਚਰੇ ਮਸਲ ਨਾਲ ਕਾਖ ਵਗੈਰਾ ਦੀ ਜਰੂਰਤ ਹੋਣੀ ਹੈ ਤੇ ਉਹ ਮੁਰਗੀਆਂ ਥੱਲੇ ਐ ਪਰਾਲੀ ਪਾਈ ਹੋਈ ਆ ਨਾ ਤੇ ਇਹ ਉਪਰ ਵਾਲੀ ਜਿਹੜੀ ਆ ਨਾ ਥੋੜੀ-ਬਹੁਤੀ ਚੱਕ ਕੇ ਲੈ ਜਾਵਾਂਗੇ ਸਹੀ ਹੈ ਨਾ ਇਹ ਕੰਮ ਦੇਵੇਗੀ ਔਰ ਪੌੜੀ ਵੀ ਲਿਆ ਪੌੜੀ ਤੋਂ ਬਗੈਰ ਨਹੀਂ ਲੱਗਣਾ ਕਿਉਂਕਿ ਉੱਪਰ ਵਾਲੀ ਛਾਇੜ ਤੇ ਲਾਣਾ ਤੇ ਪੌੜੀ ਲਾਵਾਂਗੇ ਬੱਚੇ ਹੁਣ ਤੱਕ ਜਿਹੜਾ ਹਨ ਇਸ ਘਰ ਵਿੱਚ ਮਸਲ ਨਾਲ ਗੇਂਦ ਪੈਟ ਜਿਹਨਾਂ ਕ੍ਰਿਕਟ ਖੇលਦੇ ਰਹੇ ਨੇ ਉਹਨਾਂ ਦੀਆਂ ਇਹ ਬੜੀਆਂ ਹੋਈਆਂ ਜੀ ਵਿਕਟਾਂ ਵਗੈਰਾ ਰਮਾਨ ਸਾਹਿਬ ਹੀ ਖੇਲਦੇ ਹਨ ਫਿਰ ਮੈਂ ਲੈ ਕੇ ਚਲਾ ਗਿਆ ਸੈਂ ਵਿਕਟਾਂ ਬਣਾਈਆਂ ਹੋਈਆਂ ਨੇ ਔਰ ਜਗ੍ਹਾ ਤਾਂ ਕਾਫੀ ਜ਼ਿਆਦਾ ਖੁੱਲੀ ਹੈ ਇੱਥੇ ਰਸਾਨੀ ਨਾਲ ਖੇਡ ਲੈਂਦੇ ਨੇ ਔਰ ਪੋੜੀ ਆ ਗਈ ਆ ਕਰਦੇ ਆ ਜੀ ਕੰਮ ਸ਼ੁਰੂ ਮੁਰਗੀਆਂ ਬਾਹਰ ਕੱਢ ਦਿੰਨੇ ਆ ਆਜ਼ਾਦ ਫਿਰਨਗੇ ਅਸੀਂ ਅੰਦਰ ਆਸਾਨੀ ਨਾਲ ਜਿਹੜਾ ਨਾ ਕੰਮ ਕਰ ਲਾਂਗੇ ਆਰਾਮ ਸਕੂਨ ਵੈਸੇ ਵੀ ਅੰਦਰ ਜਿਹੜਾ ਹੈਗਾ ਸਾਨੂੰ ਤੰਗ ਕਰਨਗੇ ਸਾਰਿਆਂ ਨੂੰ ਬਾਹਰ ਕੱਢ ਦੇਖੋ ਭਜੀਆਂ ਕਿਵੇਂ ਨੇ ਇੱਕੋ ਵਾਰੇ ਪਹਿਲੇ ਛਾਪਰ ਵਗੈਰਾ ਲਾਨਨੇ ਆ ਨਾ ਫਿਰ ਬਾਅਦ ਵਿੱਚ ਇਹਨਾਂ ਨੂੰ ਪਾਲਕ ਜਿਹੜੀਆਂ ਨੇ ਲਿਆ ਕੇ ਪਾਲਕ ਖਵਾਨਨੇ ਆ ਅੱਜ ਪੂਰਾ 1000 ਰੁਪਇਆ ਅੱਜ ਫਿਰ ਖਰਚ ਕਰ ਦਿੱਤਾ ਹੈ ਛਾਪਰ ਅੰਦਰ ਵਾਲੀ ਸਾਈਡ ਤੋਂ ਸਾਰਾ ਲਾ ਦਿੱਤਾ ਹੈ ਔਰ ਹਾਲੇ ਵੀ ਇਹਨਾਂ ਨੂੰ ਠੰਡ ਲੱਗੂਏ ਤੇ ਫਿਰ ਅੱਲਾਹ ਨੂੰ ਹੀ ਲਗਣੀ ਹੈ ਸਾਰਾ ਛਾਪਰ ਅੰਦਰ ਵਾਲੀ ਸਾਈਡ ਤੇ ਲਾਤਾ ਹੈ ਬਾਹਰੀ ਸਾਈਡ ਤੇ ਤਰਪਾਲ ਹੈ ਅੰਦਰ ਵਾਲੀ ਸਾਈਡ ਤੇ ਛਾਪਰ ਹੈ ਮੇਰੇ ਖਿਆਲ ਦੇ ਵਿੱਚ ਇੰਨਾ ਖਰਚਾ ਇਤਨੀ ਪ੍ਰੋਟੈਕਸ਼ਨ ਤੇ ਮੁਰਗੀ ਖਾਣ ਵਾਲੇ ਨਹੀਂ ਕਰਦੇ ਹੋਣੇ ਜਿੰਨੀ ਮੈਂ ਕਰ ਰਿਹਾ ਹਾਂ ਮੈਂ ਗਿਆ ਉਹ ਅਸੀ ਜੀ ਸ਼ਹਿਰ ਸ਼ੋਪਿੰਗ ਕਰਕੇ ਲੈ ਕੇ ਆਂਦੀ ਆ ਬੀਗਮ ਸਾਹਿਬਾਂ ਨੂੰ ਸਕੂਨ ਹੈ ਬੀਗਮ ਸਾਹਿਬਾਂ ਨੂੰ ਕੋਈ ਸ਼ੋਪਿੰਗ ਨਹੀਂ ਕਰਨੀ ਪੈਂਦੀ ਸਾਰੀਆਂ ਜ਼ਿੰਮੇਵਾਰੀਆਂ ਮੇਰੇ ਤਨ ਬੀਗਮ ਸਾਹਿਬਾਂ ਸਿਰਫ ਕੱਪੜੇ ਤੇ ਜਿਹੜਾ ਗਾ ਨਾ ਦੁੰਦੀ ਉਹ ਕਿ ਸੱਦੇ ਨੇ ਬਰਤਨ ਬਾਤ ਔਰ ਇਹਨਾਂ ਦੇਖ ਕੇ ਮੈਂ ਰੱਖ ਦਿੱਤਾ ਸੀ ਤਨ ਦਿਖਾਵਾਂ ਇਹ ਕੀ ਕੰਦੇ ਨ ਕਾਹ ਵਗੈਰਾ ਵੀ ਔਰ ਆਪੋ ਆਪ ਦੇ ਘਰਾਂ ਕੇ ਬੈਠੇ ਹੋਏ ਨੇ ਔਰ ਇਨਸ਼ਾਅੱਲਾ ਹੁਣੇ ਬੱਚੇ ਵੀ ਦੇਵਣਗੇ ਓ ਦੇਖੋ ਵਿੱਚ ਬੈਠੇ ਹੋਏ ਆਪੋ ਆਪ ਦੇ ਘਰਾਂ ਦੇ ਵਿੱਚ ਮਿੱਠੂ ਤੋਤੇ ਅਬਦਲ ਵਹਾਬ ਸਾਹਿਬ ਨਾ ਕੇ ਤੇ ਨਵੇਂ ਕਪੜੇ ਪਾਇਆ ਨਵੇਂ ਕੋਈ ਨਹੀਂ ਹਨ ਹੱਥ ਤੇ ਪੁਰਾਣੇ ਲੇਕਿਨ ਉਹ ਅੱਛੇ ਨਹੀਂ ਲੱਗਦੇ ਪੇ ਕਦੇ ਥੱਲੇ ਕਰਦਾ ਤੇ ਕਦੇ ਉੱਪਰ ਕਰਦਾ ਥੱਲੇ ਕਰ ਇਹਨਾਂ ਨੂੰ ਜਦੋਂ ਨਵੇਂ ਆਗੇ ਸੀ ਕਿੱਡੇ ਸੋਹਣੇ ਸੀ ਤੇ ਹੁਣ ਦੇਖੋ ਕਿਵੇਂ ਲੱਗਦੇ ਪੇ ਵੈਸੇ ਵੀ ਛੋਟੇ ਹੋ ਗਏ ਨੇ ਅੱਛਾ ਅੰਦੇ ਮੈਂ ਕਪੜੇ ਲੈ ਆਂਦੇ ਨੇ ਮੇਰੇ ਖਿਆਲ ਇਹ ਪਤਾ ਨਹੀਂ ਹੁਣ ਛੋਟੇ ਨੇ ਕਿ ਵੱਡੇ ਨੇ ਬਲਕਿ ਹੁਣ ਖੁੱਲਨੇ ਆ ਨਾ ਤੇ ਤੁਹਾਨੂੰ ਵੀ ਦਿਖਾਣੇ ਆ ਤੇ ਔਰ ਚੈੱਕ ਹੋ ਜਾਵਣ ਕਿ ਨਾਲ ਦੇ ਨਾਲ ਕਿ ਅੱਛੇ ਨੇ ਕਿ ਕਿਸ ਤਰ੍ਹਾਂ ਨੇ عبد الرحمان صاحب دے کوئی نہیں آئے کپڑے اندے کو پہلے بھی دیکھو نا بڑے وی آئی پی کپڑے نے اور اس کے علاوہ کپڑے دے لینے نے سائیوال وچ میں اپنے واسطے کچھ شلٹا وغیرہ تے لینیاں نے تے سلائی کروان واسطے بھی ایک دو سوٹ دیواں گے انشاءاللہ اور باقی بچیاں دے آ گئے باقییاں دے عبد الحادی دے لیبا دے ایمان فاطمہ دے عبد الوہاب دے انہاں چاراں دے آ گئے عبد الحادی دے بوت نے اے کہہ دے نے ਸੋਨੇ ਸੋਨੇ ਬੂਟ ਨੇ ਅਬਦਲ ਹਾਦੀ ਦੇ ਦੇਖ ਲੈ ਪਕੜ ਤੂੰ ਆਪਣੇ ਬੂਟ ਉਹ ਗिरा ਦੇ ਤੇਰੇ ਕੋ ਬੂਟ ਹੀ ਨਹੀਂ ਪਕੜੀਂਦੇ ਪੈ ਇੱਕ ਜੋੜਾ ਹੋ ਰਹੀ ਹੈ ਦੋ ਲੈ ਕੇ ਆਉਂਦੇ ਨੇ ਮੈਂ ਕਿਹਾ ਗਿੱਲਾ ਹੋ ਜਾਂਦੇ ਹੁਣ ਅੱਛੇ ਨੇ ਦੂਸਰੇ ਵੀ ਬੂਟ ਹੈਗੇ ਸੀ ਦੋ ਉਹ ਕਿੱਥੇ ਨੇ ਉਹ ਇੱਕ ਛੋਟੇ ਆਉਂਦੇ ਨੇ ਚਾ ਲੱਭ ਕੇ ਰੱਖੋ ਵੀ ਲੱਭ ਕੇ ਰੱਖੋ ਹਾਂ ਉਹ ਪਿਆਲਾ ਮੇਰੇ ਕੋ ਲੈ ਕਿਉਂ ਹੀ ਨਹੀਂ ਹਾਂ ਅਬਦਲ ਹਾਦੀ ਸਾਹਿਬ ਨੇ ਆਪਣੇ ਬੂਟ ਜਿਹੜੇ ਨਾ ਪਾ ਵੀ ਲੈ ਨੇ ਠੀਕ ਹੈ ਖੁਸ਼ ਹੈ ਤੂੰ ਵੇ ਫੜੀ ਬੈਠਾ ਸਾਰੀ ਸ਼ਾਪਿੰਗ ਬੱਚਿਆਂ ਦੀ ਏ ਔਰ ਤੁਹਾਨੂੰ ਵਾਰੀ-ਵਾਰੀ ਕੱਢ ਕੇ ਦਿਖਾਣਾ ਇਹ ਮੇਰੀਆਂ ਬਣਾਣਾ ਹੈਗੀਆਂ ਨੇ ਬਣਾਣਾ ਬਿਲਕੁਲ ਖਤਮ ਹੋਈਆਂ ਪਈਆਂ ਸੀ ਮੈਂ ਚੱਲ ਅਸੀਂ ਵੀ ਜਿਹੜੇ ਨਾ ਪੀ ਆਪਣੀ ਸ਼ਾਪਿੰਗ ਕਰ ਲਈਏ ਇੱਕ ਹੈਗੀ ਅਬਦਲ ਰਹਿਮਾਨ ਦੀ ਦੋ ਮੇਰੀਆਂ ਨੇ ਆਹ ਹੈ ਅਬਦਲ ਹਾਦੀ ਦੀ ਏ ਇਹ ਵੀ ਅਬਦਲ ਹਾਦੀ ਦਾ ਸੂਟ ਹੈ ਔਰ ਸੂਟ ਹਨ ਤਨ ਸਾਰੇ ਇੱਕ ਇੱਕ ਕਰਕੇ ਅਨਬਾਕਸਿੰਗ ਕਰਕੇ ਦਿਖਾਣੇ ਆ ਪਹਿਲਾ ਸੂਟ ਹੈ ਜੀ ਇਹ ਦੇਖੋ ਅਬਦਲ ਹਾਦੀ ਦਾ ਹਰਨ ਬਣਿਆ ਹੋਇਆ ਹੈ ਜੀ ਔਰ ਇਹ ਹੈ ਜੀ ਦੂਸਰਾ ਸੂਟ ਔਰ ਇਹ ਵੀ ਅਬਦਲ ਹਾਦੀ ਦਾ ਹੈ ਦੋ ਸੂਟ ਹੋ ਗਏ ਅਬਦਲ ਹਾਦੀ ਦੇ ਇਹ ਵੀ ਅਬਦਲ ਹਾਦੀ ਦਾ ਹੈ ਤੇ ਇਸ ਤਰ੍ਹਾਂ ਦਾ ਕੋਈ ਲੋਗੋ ਬਣਿਆ ਹੋਇਆ ਹੈ ਸਿੰਪਲ ਸਿੰਪਲ ਸੂਟ ਨੇ ਮਸਲੇ ਡੇ ਮਹਿੰਗੇ ਕੋਈ ਨਹੀਂ ਲੈਂਦੇ ਆ ਬਸ ਪੂਰੇ ਸੂਰੇ ਮੈਂ ਅਸੀਂ ਆਖਿਆ ਭਾਈ ਵੀ ਅਬਦੁਲ ਵਹਾਬ ਤੇ ਹਾਦੀ ਦੇ ਦੋ ਇੱਕੋ ਇੱਕੋ ਡਿਜ਼ਾਈਨ ਹੈ ਲੇਕਿਨ ਉਹ ਵੱਡਾ ਹੈ ਤੇ ਛੋਟਾ ਹੈ ਅਬਦੁਲ ਵਹਾਬ ਨੂੰ ਪੂਰਾ ਨਹੀਂ ਹੋਵੇਗਾ ਅੰਦਾਜ਼ੇ ਨਹੀਂ ਲੈਣ ਦੇ ਨੇ ਵੈਸੇ ਨਹੀਂ ਚੈੱਕ ਕਰ ਵੀ ਸਾਂ ਕਿਉਂਕਿ ਉਹਨੂੰ ਮਾਸ਼ਾਅੱਲਾ ਵੱਡਾ ਸਾਰਾ ਚਲੋ ਹੋ ਗਿਆ ਤਾਂ ਵਾਪਸ ਹੋ ਜਾਵਣਗੇ ਕੋਈ ਮਸਲਾ ਨਹੀਂ ਔਰ ਇਹ ਵੀ ਅਬਦੁਲ ਅਬਦੁਲ ਵਹਾਬ ਦਾ ਇਹ ਪੀਲੇ ਰੰਗ ਦਾ ਯੈਲੋ ਇੰਦੇ ਤੇ ਹਰਨ ਬਣਿਆ ਹਾਂ ਇੰਦੇ ਤੇ ਹਰਨ ਬਣਿਆ ਹੋਇਆ ਹੈ ਇਹ ਉਹ ਛੋਟਿਆਂ ਦੇ ਕੱਪੜੇ ਇਹ ਹੈਗੇ ਛੋਟਿਆਂ ਦੇ ਕੱਪੜੇ ਛੋਟਿਆਂ ਦੇ ਇੱਧਰ ਵੀ ਇੱਕ ਇੱਕ ਸੂਟ ਨੇ ਮੇਰੇ ਖਿਆਲ ਹੈ ਹਾਂ ਇਹ ਅਬਦਲ ਅਬਦਲ ਹਾਦੀ ਦਾ ਮੇਰੇ ਖਿਆਲ ਹੈ ਹਾਂਜੀ ਤਿੰਨ ਤਿੰਨ ਸੂਟ ਇਹਨਾਂ ਦੇ ਲੈ ਕੇ ਆਂਦੇ ਨੇ ਮੈਂ ਕਿ ਜ਼ਿਆਦਾ ਖਰਾਬ ਕਰਦੇ ਨੇ ਨਾ ਕੱਪੜੇ ਛੋਟੇ ਬੱਚੇ ਇਹ ਦੇਖੋ ਮਾਸ਼ਾਅੱਲਾ ਇਹ ਕਾਫੀ ਪਿਆਰਾ ਹੈਗਾ ਵਿంటర్ ਸ਼ੋਪਿੰਗ ਹੈ ਇਹ ਅੰਲੀ ਸਲਵਾਰ ਹੈ ਇਹ ਅਬਦਲ ਹਾਦੀ ਦਾ ਹੈਗਾ ਔਰ ਇਹ ਅਬਦਲ ਵਹਾਬ ਦਾ ਹੈ ਔਰ ਇਹ ਅਲੀ ਸ਼ੋਪਿੰਗ ਅਸੀਂ ਮੇਰੇ ਖਿਆਲ ਦੇ ਵਿੱਚ ਕੋਈ 2 ਸਾਲ ਬਾਅਦ ਕੀਤੀ ਆ 2 ਸਾਲ ਹੋ ਗਏ ਅਸੀਂ ਕੋਈ ਸ਼ੋਪਿੰਗ ਸਾਲ ਡੇਡ ਡੇਡ ਸਾਲ ਡੇਡ ਦਾ ਪੱਕਾ ਹੋ ਗਿਆ ਬਲਕਿ ਸਾਲ ਹੋ ਗਿਆ ਪਿਛਲੀ ਸ਼ੋਪਿੰਗ ਆਪਾਂ ਸਾਈਵਾਲ ਕੀਤੀ ਸੀ ਜਦੋਂ ਸਾਈਵਾਲ ਚ ਹੈਗੇ ਸੀ ਸਾਲ ਡੇਡ ਸਾਲ ਤਕਰੀਬਨ ਹੋਇਆ ਸਾਨੂੰ ਸ਼ੋਪਿੰਗ ਕੀਤੀਆਂ ਨੂੰ ਔਰ ਇਹ ਹੈ ਜੀ ਔਰ ਇਹ ਵੈਲਵਟ ਜਿਹਦਾ ਹੈ ਗਰਮ ਨਾ ਹੈਗੇ ਨਾ ਫਿਰ ਸਰਦੀ ਦੇ ਲੈ ਆਂਦੇ ਨਾ ਗਰਮ ਹੈਗੇ ਸਾਰੇ ਹੁਣ ਸੀਰੀਅਸ ਸ਼ੁਰੂ ਹੋ ਗਈ ਹੈ ਜੀ ਬੱਚਿਆਂ ਦੀ ایمان ਫਾਤਿਮਾ ਔਰ ਲੈਬਾ ਦੀ ਔਰ ਇਹ ala ਸੂਟ ਹੈ ایمان ਫਾਤਿਮਾ ਦਾ ਵੈਸੇ ਇਹਨਾਂ ਦੇ ਹੁਣ ਸਿਲਾਈ ਕਰਵਾਏ ਕਰੀਏ ਦੂਸਰੇ ਸੂਟ ਆ ਠੀਕ ਹੈ ਨਾ ਸਿਲਾਈ ਕਰਾਏ ਕਰੀਏ ਮਾਸ਼ਾਅੱਲਾ ਹੈ ਇਹ ਦੇਖੋ ਨਾ ਸਿਤਾਰੇ ستੂਰੇ ਲੱਗੇ ਹੋਏ ਨੇ ਕਾਫੀ ਜ਼ਬਰਦਸਤ ਹੈ ਔਰ ਇੱਕ ਹੈ ਗਿਆ ਇਹ ali frock ਔਰ ਇਹ ਫਰੋਕ ਹੈ ਜੀ ایمان ਫਾਤਿਮਾ ਦੀ ਸ਼ਾਦੀ ਵਾਸਤੇ ਸਪੈਸ਼ਲ ਇਹ ਸ਼ਾਦੀ ਦੀ ਆ ਠੀਕ ਹੈ ਨਾ ਠੀਕ ਹੋ ਗਿਆ ਆਪਣੇ ਸ਼ਾਦੀ ਤੇ ਹੀ ਹੋ ਜੂਗਾ ਹਾਂ ਉੱਪਰ ਜਿਹੜੀ ਹਾਂ ਬਿਹਤਰੀਨ ਹੈ ਇਹ ਮੇਰੇ ਖਿਆਲ ਇਹ ਮੇਰੇ ਖਿਆਲ ਸਭ ਤੋਂ ਮਹਿੰਗੀ ਆਈਟਮ ਹੈ ਤੇ ਇਹ ਸੂਟ ਬਾਕੀ ਸਾਰੀ ਹਰ ਚੀਜ਼ ਆ ਤੇ ਸਭ ਹੋਰ ਇਹ ਵੀ ਸੂਟ ਹੈ ਮੇਰੇ ਖਿਆਲ ਦੇ ਵਿੱਚ ਲੈਬਾਦ ਹੈ ਕਿ ਤੇਰਾ ਹੈ ਲੈਬਾਦ ਇਹ ਲੈਬਾਦ ਹੈ ਹਾਂ ਇਹ ਲੈਬਾਦ ਹੈ ਮੇਰੇ ਖਿਆਲ ਮਾਨ ਫਾਤਿਮਾ ਦੇ ਤੇ ਲੈਬਾਦ ਇਹ ਵਾਲਾ ਸੂਟ ਹੈ ਜੀ ਲੈਬਾਦ ਦਾ ਨਹੀਂ ਇਹ ਹੈ ਡਿਜ਼ਾਈਨ ਦਾ ਲੱਗ ਹੈ ਨਾ ਤਾਂ ਕਰਕੇ ਇਸ ਤਰ੍ਹਾਂ ਦਾ ਲੱਗਦਾ ਪਿਆ ਲੇਕਿਨ ਹੈ ਇਹ ਛੋਟਾ ਹੀ ਹਾਂ ਮਾਸ਼ਾਅੱਲਾ ਵੈਸੇ ਹੀ ਨਾ ਇੱਕ ਹੈ ਲੈਬਾ ਦਾ ਹੋ ਗਿਆ ਹੋ ਇਹ ਨਾਲੇ ਇਹ ਇਹ ਵਾਟਰ ਪ੍ਰੂਫ ਵੀ ਹੈ ਹਾਂ ਇਹ ਪੈਰਾਸ਼ੂਟ ਦਾ ਜਿਹੜਾ ਹੈ ਨਾ ਕੱਪੜਾ ਵਾਟਰ ਪ੍ਰੂਫ ਵੀ ਹੈ ਤੇ ਵੈਸੇ ਸਰਦੀਆਂ ਦੇ ਇਸਤੇਮਾਲ ਵਿੱਚ ਹੀ ਹੈ ਔਰ ਇਹ ਅਲਾ ਵੀ ਲੈਬਾ ਦਾ ਹੈ ਤੂੰ ਚੁਪ ਕਰਕੇ ਖੜਾ ਹੋਇਆ ਤੇਰੇ ਇਸ ਨਾਲ ਹੀ ਮਹਿੰਗੇ ਸੂਟ ਆਣੇ ਨੇ ਨਾਲੇ ਵਧੀਆ ਆਣੇ ਨੇ ਆਪਾਂ ਦੋਵੇਂ ਜਾ ਕੇ ਸ਼ੌਪਿੰਗ ਕਰਨੀ ਸਾਈਵਾਲ ਦੇ ਵਿੱਚ ਜਾ ਕੇ ਛਪਾਂ ਚੱਲ ਮਰਜ਼ੀ ਨਾਲ ਲੈਣੇ ਨੇ ਅਬਦਲਵਾਦ ਦੇ ਥੋਂ ਆ ਗਏ ਨੇ ਇਹ ਦੇਖੋ ਜੀ ਇਹ ਵੀ ਸੂਟ ਹੈ ਜੀ ਇੱਕ ਲੈਬਾ ਦਾ ਇਹ ਇਹ ਤਕਰੀਬਨ ਉਹਨੇ ਸੇਮ ਹੀ ਹੋਰਗਾ ਜਿਸ ਤਰ੍ਹਾਂ ਉਹਨੇ ਪਾਇਆ ਹੋਇਆ ਲੇਕਿਨ ਇਹ ਹੁਣ ਪੁਰਾਣੇ ਹੋ ਗਏ ਨੇ ਪਿਛਲੇ ਸਾਲ ਇਹ ਵਾਲੇ ਜਿਹੜੇ ਸੂਟ ਨੇ ਪਾਇਆ ਹੋਇਆ ਨੇ ਇਹ ਇਹ ਲਿਆ ਸੀ ਸਾਈਵਾਲ ਚੋਂ ਸੀ ਸ਼ੌਪਿੰਗ ਕੀਤੀ ਸੀ ਸੀ ਇਹ ਵਾਲੇ ਉਦੋਂ ਹੈਗੇ ਸੀ ਸਾਈਵਾਲ ਚ ਮੇਰੇ ਖਿਆਲ ਦੋ ਸਾਲ ਹੋ ਗਏ ਨੇ ਸਾਲ ਤਾਂ ਆਪਾਂ ਇੱਥੇ ਹੋਇਆ ਖੜਾ ਤੇ ਪਿਛਲੇ ਸਾਲ ਲਿਆ ਸੀ ਯਾਦ ਕਰ ਤਕਰੀਬਨ ਤਕਰੀਬਨ ਨਹੀਂ ਨਹੀਂ ਠੀਕ ਅਸੀਂ ਚੈੱਕ ਕਰਕੇ ਲੈ ਆਂਦੇ ਨੇ ਅਗਰ ਕੋ ਵੱਡੇ ਛੋਟੇ ਹੋਏ ਤੇ ਹੋ ਜਾਵਣਗੇ ਚੇਂਜ ਕੋਈ ਮਸਲਾ ਨਹੀਂ ਚੇਂਜ ਕਰਾ ਲਾਂਗੇ ਔਰ ਇੱਕ ਸੂਟ ਮੇਰੇ ਖਿਆਲ ਹੋਰ ਰਹਿ ਗਿਆ ਨਹੀਂ ਖਤਮ ਹੋ ਗਿਆ ਖਤਮ ਹੋ ਗਿਆ ਬਸ ਮੈਂ ਤਾਂ ਕਿ ਲੈ ਬਾਦੇ ਦੋ ਨੇ ਪੈਸੇ ਬੜੇ ਲੱਗੇ ਨੇ ਸੂਟ ਥੋੜੇ ਜਿਹੇ ਨਿਕਲੇ ਨੇ ਆਵੇ ਲੈਬਾ ਤੇ ਇਮਾਨ ਫਾਤਿਮਾ ਦੇ 2-2 ਸੂਟ ਲੈਨੇ ਔਰ ਅਬਦਲ ਵਹਾਬ ਤੇ ਅਬਦਲ ਹਾਦੀ ਦੇ 3-3 ਲੈਨੇ ਕਿਉਂਕਿ ਇਹ ਛੋਟੇ ਨੇ ਔਰ ਸਿੱ ਸ਼ਾਦੀ ਤੇ ਵੀ ਜਾਣਾ 1-2 ਦਿਨ ਤੇ ਘੁੰਮਣਾ ਫਿਰਨਾ ਵੀ ਹੈ ਤੇ ਫਿਰ ਇਹਨਾਂ ਨੇ ਕੱਪੜੇ ਜ਼ਿਆਦਾ ਖਰਾਬ ਕਰਨੇ ਇਸ ਕਰਕੇ ਇਹਨਾਂ ਦੇ ਥੋੜੇ ਜਿਹਾ ਜ਼ਿਆਦਾ ਲੈ ਕੇ ਆਉਂਦੇ ਨੇ ਪਿਛਲੀ ਦਫਾ ਵੀ ਅਸੀਂ ਇਧਰ ਸੈਰ ਕਰਨ ਗਏ ਸੀ ਨਾ ਤੇ ਉੱਥੇ ਕੱਪੜੇ ਸਾਡੇ ਕੰਮ ਹੋ ਗਏ ਸੀ ਫਿਰ ਸਾਨੂੰ ਉੱਥੋਂ ਸ਼ਾਪਿੰਗ ਕਰਨੀ ਪੈਗੀ ਸੀ ਤੇ ਅਸੀਂ ਫਿਰ ਇਹ ਨਹੀਂ ਚਾਹਦੇ ਕਿ ਅਸੀਂ ਗੁੰਮਣ ਫਿਰਨ ਦੀ بجائے ਉਥੇ ਕਿਰਾਚੀ ਵਿੱਚੋਂ ਜਿਹੜਾ ਕਹਿੰਦਾ ਸ਼ਾਪਿੰਗਾਂ ਕਰਦੇ ਫਿਰੀ ਐਸੇ ਕਰਕੇ ਨਾ ਐਡਵਾਂਸ ਕੱਪੜੇ ਜਿਹੜਾ ਨਾ ਕਾਫੀ ਸਾਰੇ ਲੈ ਆਏ ਨੇ। ਮੇਰੀ ਬਾਤ ਦੀ ਗੱਲ ਸੁਣੀਏ ਪੈਂਦਾ ਪਾਪਾ ਨੂੰ ਆਹ ਮੈਂ ਆਇਆ ਕੱਪੜੇ ਬਿਲਕੁਲ ਨਹੀਂ ਖਰਾਬ ਕਰਦਾ। ਨਹੀਂ ਕਰਦਾ ਕੱਪੜੇ ਖਰਾਬ। ਚਲੋ ਠੀਕ ਐਡਾ ਤੂੰ ਸਿਆਣਾ ਕੋਈ ਨਹੀਂ ਐ। ਤੇ ਬਾਕੀ ਨਾਲ ਇਹ ਨਹੀਂ ਲੈ ਕੇ ਜਾਣੇ ਨਾਲ ਕੋਈ ਪੁਰਾਣੇ ਕੱਪੜੇ ਜਿਹੜੇ ਹੈਗੇ ਨਾ ਉਹ ਵੀ ਨਾਲ ਇੱਕ ਇੱਕ ਦੋ ਦੋ ਸੂਟ ਜਿਹੜਾ ਨਾ ਐਕਸਟਰਾ ਲੈ ਕੇ ਜਾਵਾਂ ਕਿਉਂਕਿ ਅਸੀਂ ਕਮਸ ਕਮ ਸਾਢਾ ਜਿਹੜਾ ਪਲਾਨ ਐ ਨਾ ਕੋਈ ਕਮਸ ਕਮ ਕੋ ਪੰਜ 6 7 ਦਿਨ ਤੱਕ ਰਹਿਵਾਂਗੇ ਇ ਜਾਤੇ ਅਸੀਂ ਸਪੈਸ਼ਲ ਸ਼ਾਦੀ ਕਰਕੇ ਰਹੇ ਆ ਤੇ ਸ਼ਾਦੀ ਤੇ ਮੈਂ ਕਿਹਾ ਇੱਕ ਵਾਰੀ ਕਿਰਾਚੀ ਤਾਂ ਪਹੁੰਚ ਹੀ ਜਾਣਾ ਹੈ ਨਾ ਤੇ ਫਿਰ ਬੰਦਾ ਸੈਰ ਕਰਕੇ ਅੱਛੀ ਤਰੀਕੇ ਨਾਲ ਆਵੇ ਪਿਛਲੀ ਵੀ ਦਫਾ ਗਿਆ ਸੀ ਨਾ ਤੇ ਇੱਕ ਦੋ ਦਿਨ ਸਿਰਫ ਸਮੁੰਦਰ ਦੇਖਿਆ ਸੀ ਔਰ ਕਿਰਾਚੀ ਦੇ ਵਿੱਚ ਔਰ ਵੀ ਬਹੁਤ ਸਾਰੀਆਂ ਖੂਬਸੂਰਤ ਜਗ੍ਹਾ ਨੇ ਅਹਿਮਦ ਭਾਈ ਉਹ ਕਹਿ ਰਹੇ ਸੀ ਲੇਕਿਨ ਉਦੋਂ ਜਾ ਨਹੀਂ ਸਕੇ ਸੀ ਔਰ ਫੌਰਨ ਸਾਨੂੰ ਵਾਪਸ ਆਣਾ ਪੈ ਗਿਆ ਇਸ ਕਰਕੇ ਜਿਹੜਾ ਹੈਗਾ ਨਾ ਇਨਸ਼ਾਅੱਲਾ ਇਸ ਦਫਾ ਕਿਰਾਚੀ ਜ਼ਰੂਰ ਦੇਖ ਕੇ ਆਵਾਂਗੇ ਜ਼ਿਆਦਾ ਨਹੀਂ ਤੇ 3-4 ਦਿਨ ਤਾਂ ਪੱਕਾ ਜਿਹੜਾ ਹੈਗਾ ਨਾ ਉੱਤੇ ਸਟੇ ਕਰਾਂਗੇ ਅੱਛੀ ਤਰੀਕੇ ਗੁਮਾ ਫਿਰਾਂਗੇ ਇਨਸ਼ਾਅੱਲਾ ਇੱਕ ਚੀਜ਼ ਤਾਂ ਤੁਹਾਨੂੰ ਦਿਖਾਈ ਕੋਈ ਨਹੀਂ ਫਟਾਫਟ ਚੱਕ ਕੇ ਲੈ ਕੇ ਆਂ ਆਹ ਚੀਜ਼ ਉਹ ਜਿਹੜਾ ਨਹੀਂ ਲੈ ਕੇ ਆਂਦਾ ਸਪਿੰਨਰ ਉਹ ਸਾਰੇ ਹੀਟਰ ਹੈ ਹੀਟਰ ਵਲੌਗ ਆਈ ਦਾ ਕਾਫੀ ਸਾਰਾ ਲੰਬਾ ਹੋਇਆ ਖੜਾ ਹੈ ਔਰ ਉਤੋਂ-ਉਤੋਂ ਤੁਹਾਨੂੰ ਦਿਖਾ ਦਿੰਨੇ ਆ ਕਿ ਵਿੱਚੋਂ ਇਸ ਤਰ੍ਹਾਂ ਦੇ ਨਿਕਲਣਾ ਉਤੋਂ ਫੋਟੋ ਵਿਖਾ ਦਿੰਨੇ ਆ ਅੱਛੀ ਤਰੀਕੇ ਤੇ ਖੋਲ ਕੇ ਦਿਖਾਈਏ ਖੋਲ ਕੇ ਇਹ ਦੇਖੋ ਔਰ ਇਸ ਵਾਰ ਇਹ ਟ੍ਰਾਈਪੋਡ ਜੇ ਵਾਲਾ ਇਸ ਕਰਕੇ ਲੈ ਕੇ ਆਂਦਾ ਹੈ ਕਿਉਂਕਿ ਪਿਛਲੀ ਦਫਾ ਵੀ ਪਿਛਲਾ ਹੀਟਰ ਲੈ ਕੇ ਆਂਦਾ ਸੀ ਨਾ ਤੇ ਅਬਦਲ ਵਹਾਬ ਨੇ ਤਿੰਨ ਚਾਰ ਵਾਰ ਹੀ ਇਹਨੇ ਗिराया ਸੀ ਥੱਲੇ ਔਰ ਉਹ ਟੁੱਟ ਕੇ ਖਰਾਬ ਹੋ ਗਿਆ ਸੀ ਇਸ ਕਰਕੇ ਲੈ ਕੇ ਆਂਦਾ ਮੈਂ ਕਿ ਉੱਪਰ ਹੋਵੇਗਾ ਇਹ ਗਿਰੇਗਾ ਨਹੀਂ ਮੈਂ ਕਿ ਥੋੜਾ ਜਿਹਾ 1000 ਰੁਪਏ ਵੱਧ ਮਿਲਿਆ ਹੈ ਮੈਂ ਦੂਸਰੇ ਨਾਲੋਂ ਤੇ ਲੇਕਿਨ ਮੈਂ ਕਿ ਇਹ ਠੀਕ ਆ ਔਰ ਅਨਬਾਕਸਿੰਗ ਕਰਕੇ ਮੈਂ ਤੁਹਾਨੂੰ ਦਿਖਾ ਦਿਆ ਇਹ ਦੇਖ ਪੰਖੇ ਤਰ੍ਹਾਂ ਬਣੇ ਹੋਏ ਲੇਕਿਨ ਚਲਦਾ ਐਵੇਂ ਹੀ ਆ ਬਸ ਇਹ ਦੇਖਣ ਬਸ ਇੰਨਾ ਐਕਸ ਆ ਰਿਹਾ ਹੈਗਾ ਸਹੀ